कोटकपुरा के वाल्मीकि चौक में आज उस समय मातम छा गया जब एक पार्क में एक वृद्ध को बेंच पर मृत पाया गया। पार्क में आने वाले लोगों ने इसकी सूचना नगर पुलिस को दी। थानेदार चमकौर सिंह अपने पुलिस पार्टी के साथ पहुंचे और शव को कब्जे में लेकर मामले की छानबीन शुरू की। पुलिस को शव के पास देशी शराब की बोतल भी मिली, जिससे अंदाजा लगाया जा रहा है कि यह शख्स शराब के नशे में था और पूरी रात खुले आसमान के नीचे पड़ा रहा और उसकी मौत हो गई। ब्यूरो रिपोर्ट, लाइव भारत। ਬਲਵਿੰਦਰ ਸਿੰਘ ਜੀ, ਇੱਥੇ ਵਾਲਮੀਕ ਚੌਂਕ ਦੇ ਵਿੱਚ ਇੱਕ ਡੈੱਡ ਬੋਡੀ ਪਈ ਹੈ। ਹਾਂਜੀ, ਉਸ ਮ੍ਰਿਤਕ ਵਿਅਕਤੀ ਨੂੰ ਤੁਸੀਂ ਜਾਣਦੇ ਹੋ? ਉਸ ਨੂੰ ਹਾਂਜੀ, ਉਹ ਸਾਡਾ ਗੁਆਂਢੀ ਹੈ। ਅੱਛਾ, ਦਰਸ਼ਨ ਸਿੰਘ ਹੈ ਢਿੱਲੋਂ ਝਰਮਾ ਸਰਾ ਦਾ। ਠੀਕ ਹੈ, ਅਤੇ ਕੀ ਲੱਗਦਾ ਤੁਹਾਨੂੰ ਵੀ ਉਹਦੀ ਡੈੱਥ ਕਿਵੇਂ ਹੋਈ? ਡੈੱਥ ਹੈ ਜੀ, ਇਹ ਦਾਰੂ ਪੀਣ ਦਾ ਆਦੀ ਸੀਗਾ। ਜੇ ਇਹਨੂੰ ਜੋ ਵੀ ਪੈਸਾ ਇਹਨੂੰ ਮਿਲਦਾ ਸੀ, ਤਨਖਾਹ ਮਿਲਦੀ ਜਾਂ ਪੈਨਸ਼ਨ ਮਿਲਦੀ ਸੀਗੀ, ਅਤੇ ਉਹਦੀ ਦਾਰੂ ਪੀਂਦਾ ਸੀ ਅਤੇ ਧਨੀ ਬਹੁਤ ਘੱਟ ਵੱਧ ਜਾਂਦਾ ਸੀ। ਅਤੇ ਦਾਰੂ ਪੀਣ ਦਾ ਕੀ ਕੰਮ ਕਰਦਾ ਸੀ? ਕੰਮ ਆ ਬਸ ਦਿਹਾੜੀ ਦਾ, ਖੇਤੀ ਸੀਗੀ। ਉਸ ਤੋਂ ਬਾਅਦ ਛੱਡ ਗਿਆ ਸੀਗਾ, ਪੈਲੀ ਵੇਚਤੀ ਸੀਗੀ, ਖੇਤੀਬਾੜੀ ਦਾ ਕੰਮ ਕਰਦੇ ਸੀ ਪਹਿਲਾਂ। ਉਸ ਤੋਂ ਬਾਅਦ ਹੁਣ ਇਹ ਦਿਹਾੜੀ ਦੂੜੀ ਕਰਦਾ ਸੀਗਾ, ਅਤੇ ਬੱਸੀਆਂ ਵਾਲੇ ਚੌਂਕ ਦੇ ਵਿੱਚ ਜੂਠ ਦੀ ਦੁਕਾਨ 'ਤੇ ਲੱਗਾ ਹੋਇਆ ਸੀਗਾ। ਉੱਥੇ ਆਪਣਾ ਆਪਦੀ ਮਿਹਨਤ ਮੁੰਦਰੀ ਕਰਕੇ ਅਤੇ ਪੈਸੇ ਲੈ ਲੈਂਦਾ ਸੀਗਾ ਅਤੇ ਉਹ ਖਾ ਪੀ ਲੈਂਦਾ। ਠੀਕ, ਚੱਕ ਕਲਮਾ ਕਲਾ ਚੱਕ ਪਾਸਾ ਨੂੰ ਕੁੱਟ ਦੇ। ਇਹ ਜੋ ਇੱਥੇ ਡੈੱਡ ਬੋਡੀ ਮਿਲੀ ਹੈ, ਇਹ ਤੁਹਾਡੇ ਕੀ ਲੱਗਦੇ ਸੀ? ਮੇਰੇ ਬ੍ਰਦਰ ਡੈਡੀ ਆ ਜੀ ਮੇਰਾ ਜੀ। ਤੁਹਾਡੇ ਫਾਦਰ, ਇਹਨਾਂ ਦੀ ਕਿੰਨੀ ਉਮਰ ਹੈ? ਇਹਨੇ ਹੋ ਗਈ 62-63 ਸਾਲ ਦੀ ਉਮਰ। ਕੀ ਕੰਮ ਕਰਦੇ ਸੀ ਇਹ? ਬਸ ਦਿਹਾੜੀ ਦੁੜੀ ਲਾ ਲੈਂਦੇ ਸੀ ਅਤੇ ਪੈਸੇ ਪੂਏ ਆ ਕੇ ਦਾਰੂ ਪੀਣ ਲੱਗ ਜਾਂਦੇ ਸੀ। ਤੁਹਾਨੂੰ ਕੀ ਲੱਗਦਾ ਵੀ ਅੱਜ ਇਹਨਾਂ ਦੀ ਡੈੱਥ ਦਾ ਕੀ ਕਾਰਨ ਸੀ? ਦਾਰੂ ਦਾ ਹੀ ਹੈ ਜੀ। ਸ਼ਰਾਬ ਪੀਣ ਦੇ ਆਦੀ ਸੀ? ਹਾਂਜੀ ਹਾਂਜੀ। ਕੋਈ ਪਰਿਵਾਰ ਦੇ ਵਿੱਚ ਇਹਨਾਂ ਨੂੰ ਕੋਈ ਬੰਦਾ ਰੋਕਿਆ ਜਾਂਦਾ ਸੀ ਸ਼ਰਾਬ ਵਾਲੀ? ਬਹੁਤ ਰੋਕਦੇ ਸੀ ਪਰ ਰੋਕਦੇ ਨਹੀਂ ਸੀ, ਅਤੇ ਪੈਸੇ ਆਉਂਦੇ ਸੀ ਪੀਣ ਲੱਗ ਜਾਂਦੇ ਸੀ। ਤੁਹਾਨੂੰ ਪਤਾ ਕਿਵੇਂ ਲੱਗਿਆ ਜੀ? ਸਾਨੂੰ ਤਾਂ ਫੋਨ ਆਇਆ ਜੀ, ਸਾਨੂੰ ਦੱਸਣ ਗਏ ਉੱਥੇ। ਘਰੋਂ ਕਦੋਂ ਆਏ ਸੀਗੇ? ਇਹ ਹੋ ਗਏ 2 ਦਿਨ ਹੋ ਗਏ ਘਰੋਂ ਬਾਹਰ। 2 ਦਿਨ ਤੋਂ ਲਾਪਤਾ ਸੀਗਾ? ਹਾਂਜੀ। ਕੋਈ ਪੁਲਿਸ ਕੰਪਲੇਂਟ ਕਰਾਈ ਸੀ ਲਾਪਤਾ ਹੋ? ਅੱਗੇ ਵੀ 15-15 ਦਿਨ ਘਰ ਬਾਹਰ ਰਹਿ ਜਾਂਦਾ, ਫਿਰ ਘਰ ਆਪੇ ਆ ਰਹਿ ਜਾਂਦਾ ਪੈਸੇ ਕੋਈ, ਤਾਂ ਇਹ ਰਾਤ ਲੱਭਣ ਵੀ ਗਏ ਇੱਧਰ ਪੌਦਾ ਨਹੀਂ। ਪਰਿਵਾਰ 'ਚ ਹੋਰ ਕੌਣ ਕੌਣ ਨੇ ਜੀ ਇਹਨਾਂ ਦੇ? ਮੇਰੀ ਮੰਮੀ ਹੈ ਜੀ, 2 ਭਰਾ ਜੀ, ਅਤੇ ਮੇਰੀ ਭਰਜਾਈ ਹੈ। ਸਾਹਮਣੇ ਦਰਸ਼ਨ ਸਿੰਘ ਪਿੰਡ ਢਿੱਲਵਾਂ ਤੋਂ ਪਿੱਛੋਂ ਰਹਿਣ ਵਾਲੇ ਸੀ, ਹੁਣ ਇਹ ਧੰਨਾ ਬਸਤੀ ਕੋਟਪੂਰੇ ਰਹਿੰਦੇ ਸੀ। ਅਤੇ ਮੇਰੇ ਖਿਆਲ ਲੇਬਰ ਦਾ ਕੰਮ ਕਰਦਾ ਸੀਗਾ, ਲੇਕਿਨ ਇਹ ਸ਼ਰਾਬ ਲਗਾਤਾਰ ਪੀਣ ਦਾ ਆਦੀ ਸੀ। ਇਹਦੇ ਪਰਿਵਾਰ ਦੇ ਲੜਕੇ ਮੌਜੂਦ ਨੇ ਸਾਡੇ ਕੋਲ, ਉਹਨਾਂ ਦੀ ਸਟੇਟਮੈਂਟ ਮੁਤਾਬਕ ਇਹ ਲਗਾਤਾਰ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਸੀਗਾ, ਜਿਸ ਕਰਕੇ ਜਿਹੜਾ ਇਹਦੀ ਮੌਤ ਹੋਈ ਹੈ। ਸਰੀਰ ਜਿਹੜਾ ਹੌਲੀ ਹੌਲੀ ਸ਼ਰਾਬ ਜ਼ਿਆਦਾ ਪੀਣ ਨਾਲ ਕਮਜ਼ੋਰ ਹੋ ਗਿਆ। ਇਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ, ਕੋਈ ਹੋਰ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ। ਸੋ ਅਸੀਂ ਜਿਹੜੀ ਕਾਨੂੰਨ ਮੁਤਾਬਕ 174 ਦੀ ਬਣਦੀ ਕਾਰਵਾਈ ਹੈ, 174 CRP ਸੀ, ਉਹ ਕਾਰਵਾਈ ਕਰਕੇ ਇਹਦਾ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਜਿਹੜਾ ਹੈਗਾ ਅਸਲ ਮੌਤ ਦੇ ਕਾਰਨ ਦਾ ਪਤਾ ਵੀ ਕਰਾਂਗੇ। ਅਤੇ ਫਿਲਹਾਲ ਜਿਹੜਾ ਕਿਸੇ 'ਤੇ ਕੋਈ ਸ਼ੱਕ ਨਹੀਂ ਹੈ, ਇਸ ਕਰਕੇ 174 CRPC ਦੀ ਕਾਰਵਾਈ ਅਮਲ 'ਚ ਲਿਆ। ਥੈਂਕ ਯੂ।